ਪਤਾ ਨਹੀਂ ਤੇਰੇ ਮੂੰਹ ਤੋਂ ਚਲੀਸ ਵਾ ਵਾ ਉਹਨਾਂ ਦਾ, ਜਾਂ ਕੋਈ ਉਹਨਾਂ ਨੇ ਕੋਈ ਇਕੱਠ ਕੀਤਾ ਵਾ, ਜਾਂ ਮੁੰਡੇ ਕੁੜੀ ਮੁੰਡੇ ਦਾ ਕੋਈ ਵਿਆਹ ਰੱਖਿਆ ਤੇਰੇ ਮੂੰਹ ਤੇ। 6 ਸਾਲ ਹੋ ਗਏ ਤੈਨੂੰ ਇੱਥੇ ਸ਼ਾਗਿਰਦੀ ਕੀਤੀ ਨੂੰ, 6 ਸਾਲ ਚ ਮੈਨੂੰ ਸਿਖਾਇਆ ਕੀ ਆ ਤੇ ਤੈਨੂੰ ਆਇਆ ਕੀ ਆ? ਸਵਾਇਆ ਲੁਤੜੀ ਤੋਂ, ਸਵਾਇਆ ਬਕਵਾਸ ਤੋਂ, ਗੱਲਾਂ ਕਰਨ ਤੋਂ ਇਲਾਵਾ? ਭਾਜੀ ਕਟਿੰਗ ਕਰਵਾਉਣੀ ਹੈ। ਹਾਂਜੀ 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 ਦੱਸ ਦੋ ਜੀ, ਇਹੋ ਜਿਹੀ ਕਟਿੰਗ ਤੇ ਬਹੁਤ ਅੱਛੀ ਕਰਦਾ। ਭਾਜੀ ਇਹ ਤੇ ਕਟਿੰਗ ਨਾ ਕਰੋ, ਕਿਉਂ? ਇਹ ਤੇ ਟੇਪ ਕਰੋ, ਮਿੰਟ ਤਾਂ ਨਹੀਂ ਕਰ ਲੈ ਕੁੱਕੂ ਦਾ। ਹਾਂ ਪੁੱਤਰ ਵਾਲ ਕੱਟ ਰਹੇ ਕਿ ਫਰਸ਼ ਸਾਫ ਕਰ ਰਹੇ ਹਨ? ਭਾਜੀ ਫਰਸ਼ ਹੀ ਆ ਭਾਜੀ, ਮੈਨੂੰ ਕਿਹਾ ਤਾਂ ਟਾਇਲ ਲੱਗੀ ਮੇਰਾ ਵੀਰ, ਕੀ ਕਰ ਰਿਹਾ ਵਾਂ? ਪੰਜ ਧੋਣ ਨਾ ਨਾ ਹਿੱਲੇ, ਇੱਕ ਮਿੰਟ ਇੱਕ ਮਿੰਟ, ਚਲੋ ਚਲੋ ਨਹੀਂ ਹੁੰਦੀ ਕਟਿੰਗ ਖਰਾਬ। ਸ਼ਾਬਾਸ਼, ਇੱਕ ਮਿੰਟ ਇੱਕ ਜੈਕ ਲਾ ਜੈਕ ਲਾ ਜੈਕ ਲਾ, ਠੋਡੀ ਨੂੰ ਜੈਕ ਲਾ ਮੇਰਾ ਪੁੱਤਰ, ਮੈਨੂੰ ਪਤਾ ਟੈਨਸ਼ਨ ਹੈ ਇਦਾਂ ਹੀ ਹੋਣਾ ਤੇ। ਲਓ ਜੀ ਉਸ ਤਰ੍ਹਾਂ ਹੁਣ ਚੱਲਣ ਲੱਗਾ ਭਾਜੀ। ਦੂਰੋਂ ਦੂਰੋਂ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ, ਮਸ਼ੀਨਾਂ ਵੀ ਸਾਫ ਕਰ ਲਾ, ਆ ਕੇ ਉਹਨੇ ਬੋਲਣਾ ਹੀ ਆ, ਕਦੀ ਚੰਗਾ ਤਾਂ ਮੈਨੂੰ ਕਿਹਾ ਹੀ ਨਹੀਂ, ਨਾ ਜੁਮੇ ਵਾਲੇ ਦਿਨ ਪੈਸੇ ਦੇਣੇ ਆ। ਕੁੱਕੂ ਏ, ਹਾਂਜੀ ਸਾਹ ਜੀ, ਕੁੱਕੂ ਤੌਲੀਏ ਬਾਹਰ ਸੁੱਕਣੇ ਪਾਏ ਸੀ? ਹਾਂਜੀ ਭਾਜੀ ਪਾਏ ਸੀ। ਮੇਰਾ ਪੁੱਤਰ ਤੌਲੀਏ ਬਾਹਰ ਸੁੱਕਣੇ ਪਾਇਆ ਕਰ, ਨਾਲੇ ਆ ਮੱਖੀਆਂ ਇੰਨੀਆਂ ਆਉਣ ਡੀਆਂ ਯਾਰ, ਪਤਾ ਨਹੀਂ ਤੈਨੂੰ ਵੇਖ ਕੇ ਆਉਂਦੀਆਂ ਵਾ ਮੱਖੀਆਂ। ਬਾਹਰ ਕੱਢਿਆ ਕਰ ਯਾਰ, ਦਰਵਾਜ਼ਾ ਬੰਦ ਕਰ ਲਿਆ ਕਰ ਪੁੱਤਰ। ਫਿਰ ਗਾਹ ਕਿੱਦਾਂ ਆਏਗਾ ਜੀ? ਜਦੋਂ ਗਾਹਕ ਆਵੇ ਉਦੋਂ ਦਰਵਾਜ਼ਾ ਖੋਲਤਾ, ਜਦੋਂ ਮੱਖੀਆਂ ਆਉਣ ਉਦੋਂ ਦਰਵਾਜ਼ਾ ਬੰਦ ਕਰਤਾ। ਮੱਖੀਆਂ ਤੇਰੇ ਵੱਲ ਹੀ ਆਈ ਜਾਂਦੀਆਂ, ਪਤਾ ਨਹੀਂ ਤੇਰੇ ਮੂੰਹ ਤੋਂ ਚਲੀਸ ਵਾ ਵਾ ਉਹਨਾਂ ਦਾ, ਜਾਂ ਕੋਈ ਉਹਨਾਂ ਨੇ ਕੋਈ ਇਕੱਠ ਕੀਤਾ ਵਾ, ਜਾਂ ਮੁੰਡੇ ਕੁੜੀ ਮੁੰਡੇ ਦਾ ਕੋਈ ਵਿਆਹ ਰੱਖਿਆ ਤੇਰੇ ਮੂੰਹ ਤੇ, ਮੱਖੀ ਸਾਰੀ ਇੱਧਰ ਹੀ ਆਈ ਜਾ ਰਹੀ ਹੈ ਟੱਬਰਾਂ ਦੇ ਟੱਬਰ। ਮੈਂ ਕਟਿੰਗ ਨਾ ਕਰਾਂ, ਬੂਹਾ ਬੰਦ ਕਰ ਦਵਾਂ, ਬੂਹਾ ਖੋਲ ਦਵਾਂ, ਇਹੀ ਡਿਊਟੀ ਹੈ ਮੇਰੀ, ਕਟਿੰਗ ਸਿੱਖਣ ਆਇਆ ਮੈਂ ਇੱਥੇ। 6 ਸਾਲ ਹੋ ਗਏ ਤੈਨੂੰ ਇੱਥੇ ਸ਼ਾਗਿਰਦੀ ਕੀਤੀ ਨੂੰ, ਤੇ 6 ਸਾਲ ਚ ਮੈਨੂੰ ਸਿਖਾਇਆ ਕੀ ਆ ਤੇ ਤੈਨੂੰ ਆਇਆ ਕੀ ਆ? ਸਵਾਇਆ ਲੁਤੜੀ ਤੋਂ, ਸਵਾਇਆ ਬਕਵਾਸ ਤੋਂ, ਗੱਲਾਂ ਕਰਨ ਤੋਂ ਇਲਾਵਾ ਤੈਨੂੰ ਆਉਂਦਾ ਕੀ ਆ? ਤੇਰਾ ਸਿਰਫ ਮੈਨੂੰ ਇੱਕੋ ਹੀ ਫਾਇਦਾ ਹੈ, ਤੇਰੇ ਮੂੰਹ ਤੇ ਮੈਂ ਉਸ ਤਰ੍ਹਾਂ ਤੇਜ਼ ਕਰ ਲੈਂਦਾ ਬਸ, ਇਸ ਤੋਂ ਇਲਾਵਾ ਤੈਨੂੰ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਤੇਰਾ। ਮੇਰੇ ਮੂੰਹ ਤੇ ਉਸ ਤਰ੍ਹਾਂ ਨਾ ਤੇਜ਼ ਹੋਵੇ ਲੋਕਾਂ ਦੀਆਂ ਕਲਮਾਂ ਨਾ ਸਹੀ ਹੋਣ, ਸ਼ੁਕਰ ਕਰੋ ਵੀ ਮੈਂ ਤੁਹਾਡੇ ਕੋਲ, ਨਹੀਂ ਤਾਂ ਸ਼ਹਿਰ ਜਾਣਾ ਪਵੇ ਤੁਹਾਨੂੰ, ਸ਼ਹਿਰ ਜਾਣਾ ਪਵੇ ਤੁਹਾਨੂੰ, ਲੱਗ ਪਤਾ ਜਾਵੇ। ਅਸਲਾਮ ਅਲੈਕਮ। ਵਾਲੇਕੁਮ ਸਲਾਮ। ਭਾਜੀ ਕਟਿੰਗ ਕਰਵਾਉਣੀ ਹੈ? ਹਾਂਜੀ 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 ਦੱਸ ਦੋ ਜੀ, ਕਟਿੰਗ ਕਰ ਦਿਓ ਭਾਜੀ। ਕਿਹਦੀ? ਮੇਰੀ। ਪੁੱਛਿਆ ਹੈ ਨਾ ਭਾਈ? ਭਾਜੀ ਮੇਰੀ ਕਟਿੰਗ ਕਰੋ, ਇਹ ਵਾਲ ਸਿੱਧੇ ਕਰਨੇ ਨੇ ਸਟੇਟ। ਕਿਹੜੇ? ਇਹ ਜਿਹੜੇ ਹੋਰ ਕਿਹੜੇ? ਤੁਸੀਂ? ਮੈਂ ਭਾ ਮੁੰਡਾ ਬਹੁਤ ਅੱਛੀ ਕਟਿੰਗ ਕਰਦਾ, ਇਹੋ ਜਿਹੀ ਕਟਿੰਗ ਤੇ ਬਹੁਤ ਅੱਛੀ ਕਰਦਾ। ਭਾਜੀ ਇਹ ਕਟਿੰਗ ਨਾ ਕਰੋ, ਕਿਉਂ? ਇਹ ਤੇ ਟੇਪ ਕਰੋ। ਕਟਿੰਗ ਤੋਂ ਬਾਅਦ ਨਾ ਜਿਹੜਾ ਭਾਜੀ ਤੁਸੀਂ ਉਹ ਕਲਫ ਲਗਾਉਣਾ, ਕਰਨਾ ਕਲਰ ਨਹੀਂ ਹੁੰਦਾ ਕਲਰ, ਹਾਂਜੀ ਉਹ ਲਗਾਉਣਾ, ਰੰਗ ਲਾਈਦਾ ਜਿਹੜਾ ਵਾਲਾਂ ਨੂੰ ਰੰਗ ਲਾਈਦਾ। ਹਾਂ ਮੌਲਾ ਰੰਗ ਲਾਉਣ ਵਾਲਾ ਵਾ। ਰਕਸ਼ੇ ਤੋਂ ਜਾਂ ਕੋਈ ਲੜਾਈ ਹੋਈ ਆ, ਜਾਂ ਚੋਰੀ ਕਰਕੇ ਤੂੰ ਨਸਣ ਲੱਗਾ ਵਾ, ਉਹਨਾਂ ਨੇ ਪਿੱਛੋਂ ਮਾਰਿਆ ਤੇਰੇ, ਉਹ ਭਾਜੀ ਆ ਕਢਾਈ ਟੈਪ ਹੋਈ ਆ ਨਿਸ਼ਾਨ? ਨਹੀਂ ਭਾਜੀ ਇਹ ਬਸ ਉਹ ਨਾ ਨਾਈ ਕੋਈ ਗਲਤ ਕਟਿੰਗ ਹੋ ਗਈ ਹੈ, ਤੇ ਮੈਂ ਕਿਹਾ ਤੁਹਾਡਾ ਬੜਾ ਨਾਮ ਸੁਣਿਆ। ਕੁੱਕੂ ਕਿਹਦਾ ਨਾਮ ਹੈ? ਕੁੱਕੂ ਦਿੱਲੀ ਮੈਨੂੰ ਕਹਿੰਦੇ ਆ ਜੀ। ਤੇ ਇਹਨਾਂ ਦਾ ਕੀ ਨਾਮ ਹੈ? ਉਸਤਾਦ ਸ਼ਾਹਦ। ਇਹ ਦੋਵਾਂ ਬੰਦਿਆਂ ਦਾ ਨਾਮ ਮੈਂ ਸੁਣ ਗਿਆ ਹੈ। ਉਹਨੇ ਕਿਹਾ ਜੀ ਬੜਾ ਅੱਛਾ ਸੇਟ ਕਰ ਦਿੰਦੇ ਵਾਲਾਂ ਨੂੰ, ਕਲਰ ਬੜਾ ਅੱਛਾ ਲਾਉਂਦੇ ਨੇ, ਕਲਮਾ ਇਹ ਦੇਖੋ ਕਲਮ ਮੇਰੀ ਸੈੱਟ ਕਰਦੀ ਹੈ, ਦੇਖੋ ਇਹ ਇਹ ਲਿਆਣੇ ਇੱਥੇ ਹੈ ਕਿੱਥੇ ਆ? ਇਹ ਦੇਖੋ ਭਾਜੀ
ਕਲਮ ਦਾ ਐਲਾਨ ਕਰਾਉਣਾ ਪੈਣਾ ਵੀ ਹੈ, ਕਲਮ ਕਿੱਥੇ ਆ, ਤੈਨੂੰ ਮੈਂ ਛੋਟੀ ਕਰਨਾ। ਮਤਲਬ ਖਿਆਲੀ ਕਟਿੰਗ ਕਰਾਉਣਾ ਹੈ ਤੁਸੀਂ? ਭਾਜੀ ਪੈਸੇ ਦੀ ਟੈਨਸ਼ਨ ਨਹੀਂ ਲੈਣੀ, ਕਟਿੰਗ ਇੰਜ ਦੀ ਹੋਣੀ ਚਾਹੀਦੀ। ਤੁਸੀਂ ਕਟਿੰਗ ਦੀ ਵੀ ਟੈਨਸ਼ਨ ਨਹੀਂ ਲੈਣੀ, ਕਟਿੰਗ ਇੰਜ ਦੀ ਹੋਏਗੀ ਭਾਜੀ ਕਿ ਤੁਸੀਂ ਯਾਦ ਕਰੋਗੇ ਕਟਿੰਗ ਹੋਈ ਹੈ। ਚਲੋ ਲਾਓ ਫਿਰ ਪੌੜੀ ਪੌੜੀ ਸਿਸਟਮ ਜਿਹੜਾ ਨਾ ਉਹਦਾ ਇਹਨੂੰ ਨਰਮ ਕਰਨੇ ਪੈਂਦੇ ਆ। ਓਏ ਭਾਈ ਕੀ ਕਰਦਾ ਪਿਆ, ਕਿਸ ਤਰ੍ਹਾਂ ਦਾ ਸ਼ਿਵੇਦ ਭਾਜੀ ਤੁਹਾਡੇ ਸਿਰ ਤੇ ਫਿਰਨਾ? ਪਹਿਲੇ ਵੈਪਰ। ਅੱਛਾ ਜੀ, ਹਾਂਜੀ, ਵੈਪਰ ਤੋਂ ਬਾਅਦ ਤੁਹਾਡੀ ਹੋਣੀ ਹੈ ਸੁਟਾਈ। ਹਾਂ, ਇਹ ਸੋਟੀ ਹੈ, ਇਹ ਤੁਹਾਡੀ ਟਿੰਡ ਤੇ ਹੋਣੀ ਹੈ ਸੁਟਾਈ। ਵਾਲ ਤੁਹਾਡੇ ਹੋਣੇ ਸਿੱਧੇ। ਭਾਜੀ ਮੈਂ ਵਾਲ ਕਟਵਾਉਣੇ, ਮੈਂ ਕਿਹੜਾ ਰਜ਼ਾਈਆਂ ਭਰਵਾਉਣਾ ਹੈ? ਸਰ ਅਸੀਂ ਤੁਹਾਡੇ ਵਾਲ ਨਹੀਂ ਕੱਟਣੇ, ਹਾਂਜੀ ਅਸੀਂ ਤੁਹਾਡੀ ਭਲ ਸਫਾਈ ਕਰਨੀ। ਪਿੱਛੋਂ ਨਾ ਭਲ ਸਫਾਈ ਕਰਦੀ, ਪੈਸੇ ਭਰ ਲੈਣੇ ਉਹਨਾਂ ਨੇ ਤੇਰੇ ਕੋਲ। ਸਰ ਪੈਸੇ ਮੈਂ ਦੇਣੇ ਤੁਹਾਨੂੰ? ਆ ਯਾਰ ਕਾਕਾ ਫੜੀ ਛੋਟੇ, ਇਹ ਦੇਖੋ ਕਟਿੰਗ ਬਹੁਤ ਵਧੀ ਪਈ ਹੈ। ਬਸ ਜੀ ਐਸੇ ਵੀ ਮੈਂ ਤੁਹਾਡੇ ਕੋਲ ਆਇਆ ਕਿ ਵਧੇ ਵਾਲ ਜਿਹੜੇ ਨਾ ਤੁਸੀਂ ਬੜਾ ਉਹਨੂੰ ਅੱਛਾ ਬੈਲੈਂਸ ਕਰਦੇ ਹੋ। ਤੁਸੀਂ ਟੈਨਸ਼ਨ ਹੀ ਨਹੀਂ ਲੈਣੀ ਭਾਜੀ, ਅਸਾਂ ਜੀ ਅੱਗੇ ਆ ਰਹੇ ਆ, ਬਾਹਰ ਇੱਕ ਮਿੰਟ ਤੁਹਾਨੂੰ ਕਰ ਲੈ ਕੁੱਕੂ ਦਾ। ਪੁੱਤਰ ਵਾਲ ਕੱਟ ਰਹੇ ਕਿ ਫਰਸ਼ ਸਾਫ਼ ਕਰ ਰਹੇ ਹਾਂ? ਭਾਜੀ ਫਰਸ਼ ਹੀ ਆ ਭਾਜੀ, ਮੇਰੇ ਕਹਿੰਦੇ ਟਾਇਲ ਲੱਗੀ ਮੇਰਾ ਵੀਰ, ਫਰਸ਼ ਵੀ ਸਾਦਾ ਨਹੀਂ ਹੈਗਾ। ਇਹ ਸਾਈਡਾਂ ਦੇਖੋ ਭਾਜੀ, ਇਹ ਸਾਈਡਾਂ ਭਾਜੀ ਵੱਜੀਆਂ ਹੋਈਆਂ ਤੁਹਾਡੀਆਂ, ਸਾਈਡ ਤੁਹਾਡੀ ਇੱਧਰੋਂ ਵੀ ਵੱਜੀ ਹੈ, ਇੱਧਰੋਂ ਵੀ ਵੱਜੀ ਹੈ। ਪਿੱਛੋਂ ਪਿੱਛੋਂ ਤੇ ਭਾਜੀ ਪਿੱਛੋਂ ਤੇ ਵੱਜੀ ਜਾਂਦੀ, ਪਿੱਛੋਂ ਜਾ ਰਹੀ ਹੋਵੇ ਗੱਡੀ ਪਿੱਛੋਂ। ਹਾਂ, ਬਾਹਰ ਕੋਈ ਅੱਛਾ ਜਿਹਾ ਸ਼ਾਹ ਸਾਹਿਬ ਡਿਜ਼ਾਈਨ ਬਣਾਓ ਵਾਲਾਂ ਦਾ, ਜਿਹੜਾ ਵੇਖ ਕੇ ਨਾ। ਹਾਂਜੀ ਹਾਂਜੀ, ਇਹ ਭਾਜੀ ਮੈਨੂੰ ਉਲਟੀ ਆਉਣ ਲੱਗੀ। ਕੁੱਕੂ ਮਾਸਟਰ ਆਦਮੀ ਯਾਰ, ਪਿੱਛੋਂ ਛੱਡ ਗਿਆ ਯਾਰ, ਛੱਡ ਗਿਆ ਛੱਡ ਗਿਆ ਸਿੱਧੇ ਕਟਿੰਗ ਚ ਹੁੰਦਾ ਵਾ। ਅੱਛਾ, ਕਟਿੰਗ ਚ ਚੀਖਾਂ ਆਉਂਦੀਆਂ ਵਾ, ਕਟਿੰਗ ਦੇ ਵਿੱਚ ਬੜੀ ਮੁਸ਼ਕਲਾਂ ਆਉਂਦੀਆਂ ਵਾ ਜੀ ਜੀ, ਫਿਰ ਜਾ ਕੇ ਬੰਦਾ ਕਾਮਯਾਬ ਹੁੰਦਾ ਹੈ। ਬਿਲਕੁਲ, ਕਟਿੰਗ ਜਿਹੜੀ ਹੈ ਤੇਰੀ ਅਸੀਂ ਐਸੀ ਕਰ ਦੇਣੀ ਹੈ ਮੇਰਾ ਵੀਰ ਕਿ ਤੂੰ ਯਾਦ ਕਰੇਗਾ। ਐਸੇ ਨਹੀਂ ਲਿਆ, ਥੋੜਾ ਲਿਆ ਪੁੱਤਰ ਥੋੜਾ। ਕਲਮ ਬਾਅਦ ਚ ਲਾਣਾ ਭਾਜੀ, ਕਲਮ ਬਾਅਦ ਚ ਯਾਰ, ਪਹਿਲੇ ਕਟਿੰਗ ਕਰ, ਪਹਿਲੇ ਕਟਿੰਗ ਤੇ ਕਰ ਲਓ ਨਾ। ਥੋੜਾ ਫੜ ਥੋੜਾ ਮੇਰਾ ਪੁੱਤਰ, ਥੋੜਾ ਮੈਂ ਲਿਆਉਣਾ। ਹਾਂ ਥੋੜਾ, ਥੋੜੀ ਨਾ ਭਾਜੀ, ਤੁਹਾਡੇ ਕੰਨ ਹੋਣਗੇ ਥੋੜੇ ਜਿਹੇ ਅੰਦਰ। ਇਹ ਗੱਲ, ਹਾਂਜੀ ਬਿਹਤਰ, ਕੰਨ ਤੁਹਾਡੇ ਅੰਦਰ ਕਰਾਂਗੇ, ਬਿਹਤਰੀਨ ਗੱਲ ਹੈ, ਪਰਵੱਟੇ ਤੁਹਾਡੇ ਬਾਹਰ ਕੱਢਾਂਗੇ। ਤੇ ਲਿਆ ਮੇਰਾ ਵੀ ਇਹਦੀ ਨਾ ਧੌਣ ਤੇ ਕੱਪੜਾ ਪਾ ਭਾਜੀ, ਥੋੜਾ ਜਿਹਾ ਇੱਥੇ ਹੋ ਭਾਜੀ, ਪਿੱਛੋਂ ਸਟੇਟ ਕਰ ਭਾਜੀ, ਤੁਸੀਂ ਇਹ ਦੇਖਣਾ ਸਟੇਟ, ਇਹ ਵੇਖੋ ਤੁਹਾਡੀ ਜਦੋਂ ਧੌਣ ਹੀ ਨਹੀਂ ਰਹਿਣੀ ਭਾਜੀ, ਧੌਣ ਹੀ ਨਹੀਂ ਰਹਿਣੀ ਜਦੋਂ, ਤੇ ਫਿਰ ਤੁਹਾਨੂੰ ਕਟਿੰਗ ਦਾ ਫਿਰ ਤੁਹਾਨੂੰ ਪੈਸੇ ਤੁਹਾਡੇ ਲੱਗਣੇ ਹੀ ਨਹੀਂ। ਬਿਸਮਿਲ੍ਲਾ ਭਾਜੀ, ਮੇਰੀ ਇੱਕ ਗੱਲ ਸੁਣੋ ਭਾਜੀ, ਇੱਕ ਮਿੰਟ, ਇੱਕ ਮਿੰਟ ਭਾਜੀ, ਇੱਕ ਮਿੰਟ, ਮੈਂ ਚਾਹੁੰਦਾ ਵਾਂ ਕਿ ਮੈਂ ਆਪਣੇ ਵੱਡੇ ਭਾਈ ਨੂੰ ਬੁਲਾ ਲਵਾਂ। ਨਹੀਂ ਨਹੀਂ ਨਹੀਂ, ਉਹਦੇ ਜ਼ੇਰੇ ਨਿਗਰਾਨੀ ਮੇਰੀ ਧੌਣ ਅਗਰ ਲੱਥ ਜੇ ਤੇ
ਬਾਜੀ ਉਹਨਾਂ ਦੀ ਗੈਰ ਮੌਜੂਦਗੀ ਚ ਵੀ ਉਹੀ ਲਿਥਣੀ ਉਹਨਾਂ ਦੇ ਸਾਹਮਣੇ ਵੀ ਉਹੀ ਲਿਥਣੀ ਕੁੰਡਲ ਕੱਢ ਰਹੇ ਨੇ ਕੁੰਡਲ ਹਾਂਜੀ ਇਹਦੇ ਨਾਲ ਭਾਜੀ ਬਿਲਕੁਲ ਵਾਲਾਂ ਦੀ ਠੁੱਕ ਜਾਣਗੇ ਠੁੱਕ ਜਾਣਗੇ ਇਹਦੇ ਨਾਲ ਸਾਰੀ ਜ਼ਿੰਦਗੀ ਤੇਰੇ ਵਾਲ ਬਾਹਰ ਨਹੀਂ ਆਣ ਗਿਆ ਇੱਕ ਮਿੰਟ ਹੈ ਭਾਜੀ ਲੇਕਿਨ ਮੈਂ ਚਾਹੁੰਦਾ ਕਿ ਜਿਹੜੇ ਸਟੇਟ ਕਰਨੇ ਨੇ ਪਹਿਲੇ ਉਹ ਕਰ ਲਓ ਬਾਅਦ ਚ ਕੁੰਡਲ ਕੱਢ ਲੈਣਾ ਸਟੇਟ ਕਰਨ ਵਾਲੀ ਮਸ਼ੀਨ ਫੜ ਯਾਰ ਆਰੀ ਲਿਆ ਆਰੀ ਅੱਛਾ ਆਰੀ ਲਿਆ ਮੇਰਾ ਪੁੱਤਰ ਆ ਜਾਂਦੀ ਸਾਜੀ ਆਰੀ ਵਾਲ ਤੇ ਅੱਖਾਂ ਚ ਪੈ ਰਹੇ ਭਾਜੀ ਕਾਫੀ ਭਾਜੀ ਮੈਸੇਜ ਤੇ ਹੈ ਕਿ ਉਹਨਾਂ ਕਹਿੰਦੀ ਸ਼ਾਹਦ ਹਾਸ਼ਮੀ ਸਾਹਿਬ ਕੋ ਜਾਓ ਹਾਂਜੀ ਹਾਂਜੀ ਸਪੈਸ਼ਲਿਸਟ ਨੇ ਲਿਓ ਜੀ ਅਟੈਂਡ ਦੇ ਬਲੱਡ ਚੈੱਕ ਕਰੋ ਸਾਜੀ ਵਾਲ ਤਾਂ ਨੂੰ ਤਾਂ ਨਹੀਂ ਆ ਰਹੇ ਆ ਦੇਖੋ ਜੀ ਦੇਖੋ ਇਹ ਐ ਵੈਰੀ ਗੁੱਡ ਹੋ ਗਿਆ ਐ ਭਾਜੀ 100 ਪਾਵਰ ਦਾ ਬਲਬ ਹੈ ਹਾਂਜੀ 100 ਪਾਵਰ ਐ 100 ਪਾਵਰ ਦਾ ਭਾਜੀ ਐ ਹੁਣ 200 ਪਾਵਰ ਦਾ ਹੋ ਗਿਆ ਯਾਰ ਤੁਸੀਂ ਘਰ ਜਾਣੋਗੇ ਘਰ ਦੇ ਤੁਹਾਨੂੰ ਪਛਾਣਨਗੇ ਨੀ ਭਾਜੀ ਇਹ ਜਾਂਦਾ ਮੈਂ ਐਸੀ ਤੁਹਾਡੀ ਕਟਿੰਗ ਹੋਏ ਭਾਜੀ ਮੈਂ ਜਾਣਦਾ ਵੀ ਐ ਵਾ ਜਿਨ੍ਹਾਂ ਨੇ ਤੁਹਾਨੂੰ ਇਹ ਭੇਜਿਆ ਨਾ ਕਿ ਜਾ ਕੇ ਕਟਿੰਗ ਕਰਾ ਕੇ ਆ ਜੀ ਜੀ ਉਹਨਾਂ ਨੂੰ ਤੂੰ ਦੱਸਣਾ ਵਾ ਮੈਂ ਚਾਹਨਾ ਕਿ ਮੱਲੇ ਵਾਲੇ ਵੀ ਨਾ ਪਛਾਣਨ ਮੈਂ ਦੇਣਾ ਹੀ ਬਹੁਤ ਲੋਕਾਂ ਯਾਰ ਵੇਖੀ ਤੂੰ ਘਰ ਮੱਲੇ ਜਾਣਾ ਧਾਰ ਦੇਣ ਵਾਲੇ ਜਿਨ੍ਹਾਂ ਕੋ ਤੂੰ ਲਏ ਆ ਹਾਂਜੀ ਹਾਂਜੀ ਉਹਨਾਂ ਨੇ ਤੈਨੂੰ ਕਹੀ ਜਾਣਾ ਭਾਜੀ ਕੀ ਹਾਲ ਇਹ ਗੱਲ ਹੈ ਕੁੱਕੂ ਵਾਕਈ ਕਾਰੀਗਰ ਲੱਗਾ ਜੀ ਭਾਜੀ ਮੈਂ ਜਦੋਂ ਵੀ ਕੰਮ ਕੀਤਾ ਨਾ ਵਾਹ ਵਾਹ ਮੈਂ ਛੋਟੇ ਬੇਲਚੇ ਨਾਲ ਹੀ ਕੀਤਾ ਸਾਨੂੰ ਕਟਿੰਗ ਇਦਾਂ ਹੀ ਲੱਗ ਰਹੀ ਹੈ ਵੀ ਛੋਟੀ ਕਬਰ ਬੱਚੇ ਦੀ ਕੱਢਣ ਲੈ ਇਹਦੇ ਉੱਤੇ ਵਾਰ ਸਟੇਟ ਕਰੋ ਸਾਰੇ ਇੱਕ ਮਿੰਟ ਅਨਸਟੇਟ ਹਾਂ ਇਹ ਗੱਲ ਇਹ ਦੇਖੋ ਜੀ ਸਾਰੇ ਅਸੀਂ ਤੇ ਜਿਹਨੂੰ ਇੱਕ ਵਾਰੀ ਤਿਆਰ ਕਰਕੇ ਭੇਜੀ ਦਾ ਨਾ ਹੁਣ ਤੁਸੀਂ ਲਾੜੇ ਲੱਗ ਰਹੇ ਹੋ ਲਾੜੇ ਤੁਸੀਂ ਸਮਝੋ ਤੁਹਾਡੀ ਸ਼ਾਦੀ ਓਏ ਭਾਈ ਓਏ ਆਪਣੇ ਲਈ ਵੀ ਕੱਢੀ ਜਾਂਦਾ ਮਰੇ ਤੋਂ ਉਹ ਚਾਹੁੰਦਾ ਵੀ ਮੈਂ ਸਾਲ ਗਿਰਾ ਮੈਂ ਕੇਕ ਲੱਗਾ ਤੇ ਅਸੀਂ ਕਿਉਂ ਨਾ ਸਾਜੀ ਦੀ ਅੱਛੀ ਗੱਲ ਅੱਛੀ ਗੱਲ ਸੇਡ ਹੋ ਰਹੇ ਨੇ ਵਾਲ ਜੀ ਮੇਰੇ ਇਹ ਸਰ ਤੁਹਾਡੀ ਬਾਉਂਡਰੀ ਬਣ ਰਹੀ ਹੈ ਇੱਥੇ ਕਿਸੇ ਟਾਈਮ ਵੀ ਛਿੱਕਾ ਲੱਗ ਸਕਦਾ ਸਮਝੇ ਕਿ ਨਹੀਂ ਅਸੀਂ ਚਾਹੁੰਦੇ ਆ ਵੀ ਤੁਹਾਡਾ ਇਹ ਇਹਨੂੰ ਕਹਿੰਦੇ ਨੇ ਪਾਇਨ ਐਂਡ ਇਟ ਕੌਂਟ ਐਂਡ ਇਟ ਕੌਂਟ ਕਟਿੰਗ ਹੈ ਇਹ ਪੰਨ ਥੋੜਾ ਉੱਤੇ ਕਰਨਾ ਇਹ ਜੀਗਾ ਫਲੋਗ ਜਿਹੜਾ ਨਾ ਸਾਜੀ ਮੇਰਾ ਪੁੱਤਰ ਇੱਕ ਇੱਕ ਚਮਚ ਮੂੰਹ ਚ ਵੀ ਪਾਈ ਜਾ ਆਪਣੇ ਹਲਕਾ ਹਲਕਾ ਅਸੀਂ ਤਾਂ ਚਾਹੁੰਦੇ ਆ ਵੀ ਗਾਹਕ ਸਾਜ ਛੋਟਾ ਨਾਰਾਜ਼ ਹੋ ਗਿਆ ਭਾਜੀ ਇੱਥੇ ਚੱਕਰ ਹੀ ਕੋਈ ਨੀ ਮਾਸ਼ਾਅੱਲਾ ਅੰਡਾ ਟੋਕਾ ਲਾ ਦਿਓ ਇਹਦੇ ਸਿਰਫ ਤੇਜ਼ਾਬ ਦੇ ਦੋ ਤੁਪਕੇ ਇਹ ਤੁਹਾਡਾ ਸ਼ਕਲ ਜਿਹੜਾ ਨਾ ਵੇਖਣਾ ਤੁਹਾਨੂੰ ਘਰਦੇ ਕਹਿਣਗੇ ਕਿ ਯਾਰ ਇਹ ਕਟਿੰਗ ਹੋਈ ਹੈ ਕਟਿੰਗ ਦੇ ਵਿੱਚ ਤੁਸੀਂ ਨਾ ਜਦੋਂ ਕਰਲੈਟੋ ਕਰਦੇ ਹੋ ਨਾ ਕਰਲੈਟੋ ਹਾਂਜੀ
ਫਿਰ ਸਾਰਾ ਮਰਲੈਟ ਹੋ ਜਾਂਦਾ। ਜਮੋਟਾ ਕਰਨਾ ਇਹਦਾ। ਇਹ ਤੁਸੀਂ ਕੰਨ 'ਚ ਥੋੜਾ ਜਿਹਾ ਦੋ ਟੁੱਕੇ ਪਾਣੇ ਕਟਿੰਗ ਖਰਾਬ ਹੋ ਗਈ ਯਾਰ, ਫੜੀ ਕਟਿੰਗ ਖਰਾਬ ਹੋ ਚੱਲੀ। ਇੱਕ ਮਿੰਟ ਚਲੋ ਚਲੋ ਨਹੀਂ ਹੁੰਦੀ ਕਟਿੰਗ ਖਰਾਬ। ਸ਼ਾਬਾਸ਼ ਕਟਿੰਗ ਕਰ ਰਿਹਾ, ਕੰਨ ਬਣਾ ਰਿਹਾ ਤੂੰ ਯਾਰ, ਇਸ ਗੱਲ ਨੂੰ ਛੱਡ ਤੂੰ। ਹਿੱਲਣਾ ਨਹੀਂ, ਹਿੱਲਣਾ ਨਹੀਂ ਇਹਦਾ। ਇਹਨੂੰ ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਟੋਇਆ ਕਡੀਨ। ਹਾਂ ਜੀ, ਥੋੜਾ ਬੈਲੈਂਸ ਹੋ ਗਿਆ। ਕਡੀਨ ਕਡੀਨ ਇਹ ਇੱਕ ਮਿੰਟ ਚਲੋ ਵੈਲ ਡਨ ਯਾਰ। ਸਾਡੀ ਕੋਈ ਚੀਜ਼ ਰਹਿੰਦੀ ਹੈ ਤੇ ਲਾ ਲਓ ਯਾਰ, ਆਪਾਂ ਤਜ਼ਾਬ ਹੀ ਹੁਣ ਆਖਰੀ ਹੈ। ਬਸ ਬੇਟਾ ਤਜ਼ਾਬ ਨਾ ਲਾਇਓ ਹਲੇ। ਕਿਉਂ? ਮੈਂ ਪੈਸੇ ਵੀ ਦੇਣੇ ਤੁਹਾਨੂੰ ਹਲੇ। ਨਹੀਂ ਉਹ ਤੁਸੀਂ ਇੰਨੀ ਮਿਹਨਤ ਕਰਨ ਡਏ। ਆਹੋ ਅੱਲਾ ਮਾਫੀ ਦਵੇ। ਅਸੀਂ ਇਹ ਜਿੰਗਾ ਟੋਂਗ ਲਾ ਰਹੇ ਸੀ। ਜਿੰਗਾ ਟੋਂਗ, ਓਏ ਜਿੰਗਾ ਟੋਂਗ ਰਹਿ ਗਿਆ ਸੀ ਯਾਰ। ਜਿੰਗਾ ਟੋਂਗ, ਜਿੰਗਾ ਟੋਂਗ ਆ ਦੇਖੋ ਨਾ। ਇੱਕ ਮਿੰਟ ਛੱਡ ਦੇ, ਛੱਡ ਦੇ। ਇਹ ਹਲਕਾ ਜਿਹਾ ਨੱਕ ਤੁਹਾਡਾ ਮੈਂ ਇਹਦੇ ਨਾਲ ਛੋਟਾ ਕਰਨਾ। ਛੋਟਾ ਕਰਨਾ? ਇਹ ਬਲੇਡ ਹੈਗਾ। ਓਹੋ ਬਾਜੀ ਕੀ ਕਰਦੇ ਪਏ? ਇਹਨਾਂ ਭਾਜੀ ਨੱਕ ਦੀਆਂ ਸਾਈਡਾਂ ਵਧੀਆਂ ਤੁਹਾਡੀਆਂ। ਬਾਜੀ ਨੱਕ ਦੀ ਤੇ ਮੈਂ ਗੱਲ ਹੀ ਨਹੀਂ ਕੀਤੀ, ਮੈਂ ਤੇ ਸਿਰਫ ਸਟੇਟ ਕਰਾਣੇ ਨੇ ਵਾਲ। ਅਸੀਂ ਭਾਜੀ ਮੁਕੰਮਲ ਠੀਕ ਕਰਕੇ ਭੇਜਣਾ ਬੰਦਾ। ਹੈਗਾ ਜੀ ਜੋਮਾ 2। ਜੋਮਾ 2? ਹਾਂ। ਅੱਛਾ, ਇਹਦੇ ਨਾਲ ਅਗਲੇ ਦੰਦ ਗਾਇਬ ਹੋ ਜਾਂਦੇ। ਮੂੰਹ ਖੋਲੋ ਥੋੜਾ ਜਿਹਾ। ਨਾ 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 ਬਾਜੀ, ਮੈਂ ਰੋਟੀ ਵੀ ਖਾ ਲਈ। ਸਿਰਫ ਅਗਲੇ 3 ਦੰਦ ਗਾਇਬ ਹੋ ਜਾਂਦੇ ਭਾਜੀ। ਨਹੀਂ ਨਹੀਂ ਬਾਜੀ, ਮੈਂ ਤੇ ਖਾਣਾ ਪੀਣਾ ਵੀ ਕੁਛ ਨਹੀਂ। ਜੋਮਾ 2 ਹੈ। ਹਾਂਜੀ ਹਾਂਜੀ। ਇਹ ਕੀ ਹੈ? ਪਿੰਕੀ ਪਲੌਟ ਹੈ। ਇਹ ਪਿੰਕੀ ਪਲੌਟ ਹੈ, ਇਹਦੇ ਨਾਲ ਪਿੰਕੀ ਪਲੌਟ ਹੋ ਜਾਂਦਾ। ਹਾਂਜੀ, ਪਿੰਕੀ ਪਲੌਟ ਜਿਹੜਾ ਤੁਹਾਡਾ ਪਲੌਟ ਹੈ ਨਾ। ਹਾਂਜੀ ਹਾਂਜੀ, ਉਹ ਪਿੰਕੀ ਹੋ ਜਾਂਦਾ। ਅੱਛਾ ਜੀ, ਹਾਂਜੀ। ਲਓ ਜੀ, ਬਸ ਆਖਰੀ ਕੰਮ ਆਖਰੀ ਰਹਿ ਗਿਆ ਜੀ ਹੁਣ ਤੁਹਾਡਾ। ਅਸੀਂ ਸਿਰਫ ਨਾ ਉਹ ਜ਼ੋਕੋ ਟੋਲੋ ਲਾਇਆ। ਜ਼ੋਕੋ ਟੋਲੋ ਗਿਆ ਕੰਮ। ਹਾਂ, ਉਹ ਕਹਿੰਦਾ ਲਾਉਣਾ ਤੇ ਫੇਰ ਲੱਗ। ਜ਼ੋਕੋ ਟੋਲੋ ਨਹੀਂ ਲਾਉਣਾ। ਹਾਂਜੀ, ਇਸ ਸਾਡੇ ਦੇ ਵਿੱਚ ਉਹਨੂੰ ਵੱਡੀ ਛੁਰੀ ਕੱਟੋ। ਉਹ ਕਾਦ ਲਈ? ਭਾਜੀ ਵੱਡੀ ਛੁਰੀ ਸਲਾਦ ਬਣਾਉਣ ਲੱਗੇ ਹੋ। ਇਹਨੂੰ ਕਹਿੰਦੇ ਟਿੰਡ ਵਾਲਾ ਪਰਾਠਾ। ਟਿੰਡ ਵਾਲਾ ਪਰਾਠਾ ਕਦੀ ਖਾਧਾ ਤੁਸੀਂ? ਨਹੀਂ ਭਾਜੀ। ਇਹ ਪੰਜ ਟਿੰਡ ਵਾਲਾ ਪਰਾਠਾ ਬਣ ਰਿਹਾ, ਤਿਆਰ ਹੋ ਰਿਹਾ। ਤੇ ਇਹ ਆਖਰੀ ਜਿਹੜਾ ਜਿਹੜਾ ਸੀਨ ਰਹਿ ਗਿਆ ਨਾ ਭਾਜੀ, ਉਹ ਕੱਢੋ ਕਾਂਡੀ ਕਿੱਥੇ ਹੈ? ਹਾਂਜੀ, ਕਾਂਡੀ ਕੱਢੋ। ਅੱਛਾ ਜੀ, ਅੱਛਾ। ਉਹ ਕਾਂਡੀ ਕੀ ਕਰਨੀ ਭਾਜੀ? ਤੁਹਾਡੇ ਕੰਨ ਵਧੇ ਆ ਭਾਜੀ ਨਿੱਕੇ, ਇਹ ਥੱਲੜੇ ਕੰਨਾਂ ਦੀਆਂ ਜਿਹੜੀਆਂ ਫੁੱਲਰੀਆਂ ਵਾ ਨਾ, ਫੁੱਲਰੀਆਂ ਇਹ ਕੱਢਣੀਆਂ ਅਸੀਂ, ਬਿਹਤਰੀਨ ਹੋ ਜਾਣਾ। ਲੋ ਜੀ, ਉਸ ਤਰ੍ਹਾਂ ਹੁਣ ਚੱਲਣ ਲੱਗਾ ਭਾਜੀ ਤੇ ਮੋਹਲਾ।